ਦਰਖਤ ਨਾਲ ਲਟਕਦੀਆਂ ਮਿਲੀਆਂ ਨੌਜਵਾਨ ਤੇ ਲੜਕੀ ਦੀਆਂ ਲਾਸ਼ਾਂ। ਉੱਤਰ ਪ੍ਰਦੇਸ਼ ਦੇ ਇਟਾਹ ਵਿੱਚ ਇੱਕ ਦਰਖਤ ਨਾਲ ਇੱਕ ਨੌਜਵਾਨ ਤੇ ਲੜਕੀ ਦੀਆਂ ਲਾਸ਼ਾਂ ਲਟਕਦੀਆਂ ਹੋਈਆਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਲੜਕੇ ਦੀ ਉਮਰ ਕਰੀਬ 22-23 ਸਾਲ ਹੈ ਤੇ ਲੜਕੀ 20 ਸਾਲ ਦੀ ਸੀ। ਮਾਮਲੇ ਦੀ ਜਾਂਚ ਜਾਰੀ ਹੈ। ਇੱਕ ਪੇੜ ਮੇ ਲਟਕੀ ਹੋਈ ਦੋ ਬਾਡੀ ਮਿਲੀ ਹੈ, ਦੋਨੋਂ ਕੋ ਫੰਦੇ ਸੇ ਲਟਕਾਇਆ ਗਿਆ ਹੈ। ਅਭੀ ਇਨਕੇ ਬਾਰੇ ਮੇ ਜਾਣਕਾਰੀ ਜੋ ਹੋਈ ਹੈ, ਲੜਕੀ ਪਾਸ ਕੇ ਗਾਓ ਕੀ ਹੈ, ਲੜਕਾ ਥਾਣਾ ਸਕੀਟ ਕਾ ਹੈ ਔਰ ਇਨਕੇ ਬਾਰੇ ਮੇ ਔਰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ। ਬਾਡੀ ਕੋ ਇਨਕੋ ਭੇਜਾ ਜਾ ਰਹਾ ਹੈ, PM ਕਰਾਇਆ ਜਾਏਗਾ ਔਰ ਜੋ ਸੂਚਨਾ ਮਿਲੇਗੀ ਉਸਕੇ ਆਧਾਰ ਪਰ ਅਗ੍ਰਿਮ ਕਾਰਵਾਈ ਸੁਨਿਸ਼ਚਿਤ ਕੀ ਜਾਏਗੀ। ਕਿਆ ਲਗਤਾ ਸਰ, ਓਨਰ ਕਿਲਿੰਗ ਕਾ ਮਾਮਲਾ? ਯੇ ਤੋ PM ਹੋਨੇ ਕੇ ਬਾਅਦ ਔਰ ਸਾਰੀ ਬਾਤ ਹੋਨੇ ਕੇ ਬਾਅਦ ਹੀ ਸਪਸ਼ਟ ਕੀਆ ਜਾ ਸਕਤਾ ਹੈ। ਅਭੀ ਫਿਲਹਾਲ ਤੋ ਇਤਨਾ ਹੀ ਜਿਤਨੀ ਸੂਚਨਾ ਹੈ ਵੋ ਯਹੀ ਹੈ ਕਿ ਦੋ ਬਾਡੀ ਹੈ ਪੇੜ ਸੇ ਲਟਕੀ ਹੋਈ ਹੈ ਔਰ ਲੜਕੀ ਕੀ ਉਮਰ ਲਗਭਗ 22-23 ਸਾਲ ਹੈ ਔਰ ਲੜਕੀ ਕੀ ਉਮਰ 20 ਸਾਲ ਹੈ। ਤੁਮ ਲੋਕ ਕਟੋ।